ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਲੈਕਚਰ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਪੁਰਾਤਨ ਸਿੱਖ ਬੀਬੀਆਂ ਦਾ ਜੀਵਨ ਤੇ ਅੱਜ ਦੀ ਸਿੱਖ ਭੈਣ ਨੂੰ ਹਲੂਣਾ। ਲੈਕਚਰ ਆਰੰਭ ਕਰਨ ਤੋਂ ਪਹਿਲਾਂ ਆਓ ਇੱਕ ਵਾਰ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਸਾਨੂੰ ਜਨਮ ਸਿੱਖ ਧਰਮ ਵਿੱਚ ਮਿਲਿਆ ਹੈ। ਜਿੰਨਾ ਲੋਕਾਂ ਨੇ ਇਸ ਸਿੱਖ ਧਰਮ ਦੇ ਬਾਰੇ ਪੜ੍ਹਿਆ ਜਾਂ ਸੁਣਿਆ ਹੈ, ਉਹ ਲੋਕ ਇਸ ਗੱਲ ਨੂੰ ਵਾਰ ਵਾਰ ਕੋਸਦੇ ਹਨ ਕਿ ਅਸੀਂ ਕਿੰਨੇ ਮਾੜੀ ਕਿਸਮਤ ਵਾਲੇ ਹਾਂ, ਇਸ ਧਰਮ ਵਿੱਚ ਪੈਦਾ ਕਿਉਂ ਨਹੀਂ ਹੋਏ। ਪਰ ਹਾਂ, ਅੱਜ ਮੈਂ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਸਿੱਖ ਧਰਮ ਵਿੱਚ ਕਿਸੇ ਵੀ ਕੋਨੇ ਵਿੱਚੋਂ ਆਣ ਕੇ ਸ਼ਾਮਿਲ ਹੋ ਸਕਦੇ ਹਨ, ਕਿਉਂਕਿ ਗੁਰੂ ਸਾਹਿਬ ਜੀ ਨੇ ਜ਼ਿਕਰ ਸਾਂਝਾ ਕੀਤਾ ਹੈ, ਸਭੇ ਸਾਂਝੀ ਵਾਸਦਾਇਨ, ਤੂੰ ਕਿਸੇ ਨੰਦੀ ਸਹਿ ਬਾਹਰਾ ਜੀਓ। ਸਾਡੇ ਤਾਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਚਾਰ ਰੱਖੇ ਜਾਂਦੇ ਹਨ ਤਾਂ ਕਿ ਕੋਈ ਵੀ ਇਸ ਦਰ ਤੇ ਆ ਕੇ ਨਤਮਸਤਕ ਹੋ ਸਕੇ। ਗੁਰੂ ਸਾਹਿਬ ਜੀ ਨੇ 1469 ਈਸਵੀ ਤੋਂ ਬਾਅਦ ਆਣ ਕੇ ਇਸ ਸਮਾਜ ਦੀ ਇਸਤਰੀ ਦੀ ਦੁਰਦਸ਼ਾ ਨੂੰ ਸਵਾਰਿਆ ਅਤੇ ਬਰਾਬਰਤਾ ਦਾ ਦਰਜਾ ਦਿੱਤਾ। ਦੇਖੋ, ਕਮਾਲ ਦੀ ਗੱਲ ਇਹ ਹੈ ਕਿ ਸਿੱਖ ਧਰਮ ਅੰਦਰ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਦੀ ਗੱਲ ਕਰਦਿਆ ਆਸਾ ਦੀ ਵਾਰ ਵਿੱਚ ਪੰਕਤੀਆਂ ਉਚਾਰਨ ਕੀਤੀਆਂ ਹਨ, ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਨ ਵਿਆਹ, ਪੰਡੋ ਹੋਵੇ ਦੋਸਤੀ ਪੰਡੋ ਚੱਲੈ ਰਾਹ, ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਹਿ ਜਾਣ। ਸਿੱਖ ਧਰਮ ਅੰਦਰ ਸਿੱਖ ਬੀਬੀਆਂ ਨੇ ਆਸਾ ਦੀ ਵਾਰ ਦਾ ਪਾਠ ਕਰਦਿਆਂ ਕਰਦਿਆਂ ਆਪਣੇ ਜੀਵਨ ਅੰਦਰ ਗੁਰਬਾਣੀ ਦੀਆਂ ਇਹਨਾਂ ਤੁਕਾਂ ਨੂੰ ਟੁਕਾ ਲਿਆ। ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਕਹੀਆਂ ਗੱਲਾਂ ਤੇ ਅਮਲ ਕੀਤਾ। ਜੇਕਰ ਅਸੀਂ ਸਿੱਖੀ ਜੀਵਨ ਵਾਲੀਆਂ ਭੈਣਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੀਵਨ ਵਿੱਚੋਂ ਸੱਚਾ, ਸੁੱਚਾ ਤੇ ਪਾਕ ਤੇ ਪਵਿੱਤਰ ਰੂਹਾਂ ਮਿਲ ਜਾਣਗੀਆਂ। ਜਿਨ੍ਹਾਂ ਨੂੰ ਬਿਆਨ ਕਰਨ ਲੱਗਿਆ ਇੱਕ ਵਾਰੀ ਤਾਂ ਕਲਮ ਰੁਕ ਜਾਂਦੀ ਹੈ, ਲਫ਼ਜ਼ਾਂ ਦਾ ਅੰਤ ਹੋ ਜਾਂਦਾ ਹੈ। ਐਸਾ ਜੀਵਨ ਬਤੀਤ ਕਰਕੇ ਉਹਨਾਂ ਨੇ ਦੁਨੀਆਂ ਦੀਆਂ ਇਸਤਰੀਆਂ ਨਾਲੋਂ ਵੱਖਰਾ ਜੀਵਨ ਬਤੀਤ ਕੀਤਾ। ਉਹਨਾਂ ਵਿੱਚੋਂ ਮੈਂ ਸਭ ਤੋਂ ਪਹਿਲਾਂ ਗੱਲ ਮਾਤਾ ਗੰਗਾ ਜੀ ਦੀ ਕਰਾਂਗੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਤੋਂ ਹਰ ਸਵਾਸ ਨੂੰ ਗੁਰੂ ਜੀ ਦੀ ਯਾਦ ਵਿੱਚ ਬਤੀਤ ਕੀਤਾ। ਜਦ ਗੁਰੂ ਅਰਜਨ ਸਾਹਿਬ ਜੀ ਨਾਲ ਲਾਹੌਰ ਵਿੱਚ ਵਾਪਰੀ ਉਸ ਘਟਨਾ ਦਾ ਜ਼ਿਕਰ ਆ ਕੇ ਸਾਈ ਮੀਆਂ ਮੀਰ ਜੀ ਨੇ ਕੀਤਾ ਤਾਂ ਮਾਤਾ ਗੰਗਾ ਜੀ ਦੇ ਬੋਲ ਸਨ ਕਿ ਮੇਰੇ ਪਤੀ ਗੁਰੂ ਅਰਜਨ ਸਾਹਿਬ ਜੀ ਨੇ ਮੈਨੂੰ ਰੱਬ ਦੇ ਪਾਣੀ ਵਿੱਚ ਰਹਿਣਾ ਸਿਖਾਇਆ ਹੈ ਤੇ ਮੈਂ ਰੋਜ਼ਾਨਾ ਗੁਰਬਾਣੀ ਵਿੱਚ ਪੜ੍ਹਦੀ ਹਾਂ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਥੇ ਹੀ ਬਸ ਨਹੀਂ, ਮਾਤਾ ਗੁਜਰ ਕੌਰ ਜੀ ਦੇ ਪੁੱਤਰ ਗੋਬਿੰਦ ਰਾਏ ਦੀ ਉਮਰ 9 ਸਾਲ ਦੀ ਸੀ ਜਦ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹਿੰਦੁਸਤਾਨ ਦੀ ਪੱਤ ਬਚਾਉਣ ਬਦਲੇ ਕਲਾਇਆ। ਜਦ ਭਾਈ ਜੈਤਾ ਜੀ ਦਿੱਲੀ ਤੋਂ ਸੀਸ ਲੈ ਕੇ ਵਾਪਸ ਅਨੰਦਪੁਰ ਸਾਹਿਬ ਪਰਤੇ ਤਾਂ ਮਾਤਾ ਗੁਜਰ ਕੌਰ ਜੀ ਦੀਆਂ ਅੱਖਾਂ ਵਿੱਚ ਅੱਥਰੂਆਂ ਦੀ ਥਾਂ ਰੱਬ ਜੀ ਦਾ ਸ਼ੁਕਰਾਨਾ ਸੀ। ਜਦ ਥਾਲੀ ਵਿੱਚ ਪਤੀ ਦਾ ਸੀਸ ਕੱਟਿਆ ਸਾਹਮਣੇ ਆਇਆ ਹੋਵੇਗਾ ਤਾਂ ਮਾਤਾ ਗੁਜਰ ਕੌਰ ਜੀ ਨੇ ਧੰਨਵਾਦ ਕੀਤਾ ਉਸ ਸੱਚੇ ਪਰਮਾਤਮਾ ਦਾ। ਦੇਖੋ ਕਿੰਨਾ ਪਿਆਰਾ ਜੀਵਨ ਹੈ। ਇੱਥੇ ਹੀ ਬਸ ਨਹੀਂ, ਜਦ ਅਨੰਦਪੁਰ ਸਾਹਿਬ ਵਿਖੇ ਵਿਛੋੜਾ ਪਿਆ ਸਾਰੇ ਪਰਿਵਾਰ ਦਾ, ਕੋਲ ਪੁੱਤਰ ਵੀ ਨਹੀਂ ਸੀ, ਵੱਡੇ ਪੋਤਰੇ ਵੀ ਨਹੀਂ ਸੀ ਅਤੇ ਜਾਨਾਂ ਤੋਂ ਪਿਆਰੀਆਂ ਉਹ ਨੂੰਹਾਂ ਵੀ ਨਹੀਂ ਸਨ, ਠੰਡੇ ਬੁਰਜ ਵਿੱਚ ਸ਼ਹੀਦ ਹੋਣ ਲਈ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਹੱਥੀਂ ਤੋਰਿਆ, ਉਹ ਵੀ ਵਾਪਸ ਨਹੀਂ ਪਰਤੇ। ਮਾਤਾ ਗੁਜਰ ਕੌਰ ਜੀ ਨੇ ਹੱਥੀਂ ਸਾਰਾ ਪਰਿਵਾਰ ਤੋਰ ਕੇ ਅੱਖਾਂ ਵਿੱਚੋਂ ਇੱਕ ਅਥਰੂ ਵੀ ਨਹੀਂ ਗਿਰਾਇਆ, ਸਗੋਂ ਪੜ੍ਹਦੇ ਰਹੇ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ। ਉਹਨਾਂ ਦੀਆਂ ਵਾਰਸਾਂ ਨੇ ਵੀ ਐਸਾ ਜੀਵਨ ਬਤੀਤ ਕੀਤਾ ਕਿ ਉਹ ਜੀਵਨ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿ ਐਸਾ ਜੀਵਨ ਦੁਨੀਆ ਦੇ ਕਿਸੇ ਵੀ ਔਰਤ ਨੇ ਜੀਵਿਆ ਹੋਵੇਗਾ। ਇਹਨਾਂ ਔਰਤਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਕਹੀ ਗੱਲ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ,
ਇਹਨਾਂ ਔਰਤਾਂ ਨੇ ਦੁਨੀਆ ਦੇ ਪੈੜੇ ਤੋਂ ਪੈੜੇ ਜ਼ਾਲਮ ਬੰਦੇ ਦੀ ਉਸ ਤਿੱਖੀ ਛੁਰੀ ਨੂੰ ਸਹਾਰਦਿਆਂ ਹੋਇਆਂ ਹਰ ਕਸ਼ਟ ਨੂੰ ਆਪਣੇ ਪਿੰਡ ਤੇ ਹਟਾਉਂਦਿਆਂ ਹੋਇਆਂ ਸਿੱਖੀ ਸਰੂਪ ਨੂੰ ਸੰਭਾਲ ਕੇ ਰੱਖਿਆ। ਇੱਕ ਪਲ ਵੀ ਸਿੱਖੀ ਸਰੂਪ ਤੋਂ ਮੁਨਕਰ ਨਹੀਂ ਹੋਈਆਂ। ਸਿੱਖੀ ਕੇਸਾਂ ਨੂੰ ਸੁਵਾਸਾ ਨਾਲ ਨਿਭਾਇਆ। ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਦੁਨੀਆ ਵਿੱਚ ਐਸਾ ਸਮਾਂ ਆਇਆ ਕਿ ਘਰ ਘਰ ਢਾ ਦਿੱਤੇ ਗਏ, ਰੋਟੀ ਦੇਣੀ ਬੰਦ ਕਰ ਦਿੱਤੀ ਗਈ, ਗੁਰਧਾਮਾਂ ਤੇ ਕਬਜ਼ੇ ਕਰ ਲਏ ਗਏ। ਪਹਿਲਾ ਸਿੱਖੀ ਨੂੰ ਉੱਪਰੋਂ ਉੱਪਰੋਂ ਛਾਂਗਿਆ ਜਾਣ ਲੱਗਾ, ਪਰ ਫਿਰ ਉਸ ਜ਼ਾਲਮ ਨੇ ਸਿੱਖ ਬੀਬੀਆਂ ਨੂੰ ਸਿੱਖ ਬੱਚਿਆਂ ਸਮੇਤ ਘਰਾਂ ਵਿੱਚੋਂ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਂਕ ਵਿੱਚ ਲਿਆਂਦਾ ਗਿਆ। ਮੀਰ ਮੰਨੂ ਨੇ ਜ਼ਿਕਰ ਕੀਤਾ, ਤੁਹਾਨੂੰ ਆਹ ਵੀ ਮਿਲੇਗਾ, ਉਹ ਵੀ ਮਿਲੇਗਾ, ਸ਼ਾਨੋ ਸ਼ੌਕਤ, ਐਸ਼ੋ ਆਰਾਮ, ਦੁਨੀਆ ਦੀ ਹਰ ਮੌਜ ਮਿਲੇਗੀ, ਪਰ ਤੁਸੀਂ ਆਪਣਾ ਧਰਮ ਤਿਆਗ ਕੇ ਇਸ ਮੁਸਲਮਾਨੀ ਧਰਮ ਵਿੱਚ ਪ੍ਰਵੇਸ਼ ਕਰ ਲੋ। ਬੀਬੀਆਂ ਨੇ ਬੜੇ ਨਿਡਰ ਹੋ ਕੇ ਕਿਹਾ, ਜੋ ਮਰਜ਼ੀ ਕਰ ਲੈ, ਅਸੀਂ ਆਪਣਾ ਧਰਮ ਨਹੀਂ ਛੱਡਦੇ। ਬੀਬੀਆਂ ਦੇ ਬੱਚਿਆਂ ਨੇ ਟੁਕੜੇ ਕਰਕੇ ਚੋਲੀ ਪਾਏ ਗਏ, ਹਾਰ ਬਣਾ ਕੇ ਗਲਾਂ ਵਿੱਚ ਪਾਏ ਗਏ, ਉੱਪਰੋਂ ਸੁੱਟ ਕੇ ਨੇਜਿਆਂ ਤੇ ਟੰਗੇ ਗਏ ਅਤੇ ਆਪਣੇ ਹੀ ਕੁੱਖੋਂ ਪੈਦਾ ਹੋਏ ਬੱਚਿਆਂ ਦੀਆਂ ਆਂਦਰਾਂ ਕੱਢ ਕੇ ਮਾਵਾਂ ਦੇ ਮੂੰਹੀ ਪਾਈਆਂ ਗਈਆਂ। ਪਰ ਮੁੱਖ ਚੋਂ ਇੱਕ ਵਾਰੀ ਵੀ ਸੀ ਨਾ ਕਿਹਾ, ਤਾਂ ਵੀ ਉਹਨਾਂ ਨੇ ਜ਼ਿਕਰ ਕੀਤਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੰਨਾ ਕੁਝ ਹੋ ਜਾਣ ਤੋਂ ਬਾਅਦ ਵੀ ਕਿਹਾ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜੋ ਜੋ ਮਨੂ ਵੱਧਦਾ ਅਸੀਂ ਦੂਰ ਸਵਾਏ ਹੋਏ। ਮੈਂ ਅੱਜ ਦੀ ਸਿੱਖ ਭੈਣ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਤੂੰ ਵੀ ਉਸ ਦੀ ਹੀ ਵਾਸ ਹੈ। ਤੇਰੇ ਨਾਮ ਅਗਰ ਵੀ ਕੌਰੀ ਤਾਂ ਲੱਗਦਾ ਹੈ, ਪਰ ਕੀ ਹੋ ਗਿਆ ਤੈਨੂੰ? ਤੇਰਾ ਜੀਵਨ ਕਿੱਧਰ ਚਲਾ ਗਿਆ ਹੈ? ਤੂੰ ਕਿਹੜੇ ਕੁਰਾਏ ਪੈ ਗਈ ਹੈ ਮੇਰੀ ਭੈਣੇ, ਜਿਨ੍ਹਾਂ ਨੇ ਆਪਣੇ ਕੇਸਾਂ ਨੂੰ ਹੱਥ ਨਹੀਂ ਲਾਉਣ ਦਿੱਤਾ, ਆਪਣੇ ਕੇਸਾਂ ਨੂੰ ਆਪਣੀ ਜਾਨ ਨਾਲ ਵੱਧ ਸੰਭਾਲ ਕੇ ਰੱਖਿਆ, ਪਰ ਅੱਜ ਤੂੰ ਆਪ ਹੀ ਬਿਊਟੀ ਪਾਰਲਰ ਖੋਲ ਕੇ ਬੈਠ ਗਈ ਹੈ। ਤੂੰ ਤਾਂ ਕੇਸਾਂ ਨੂੰ ਕਟਵਾਉਣ ਦੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ ਨੇ, ਕੀ ਹੋ ਗਿਆ ਤੈਨੂੰ? ਤੇਰਾ ਜੀਵਨ ਕਿੱਧਰ ਚਲਾ ਗਿਆ ਹੈ? ਤੂੰ ਆਪਣੇ ਹੀ ਹੱਥੇ ਆਪਣੇ ਹੀ ਪੈਰਾਂ ਤੇ ਕੁਹਾੜਾ ਮਾਰ ਰਹੀ ਹੈ। ਗੁਰਬਾਣੀ ਆਖਦੀ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੇ ਸਾਥ, ਪਾਏ ਕੁਹਾੜਾ ਮਾਰਿਆ ਗਾਫਿਲ ਆਪਣੇ ਹੱਥ। ਮੇਰੀ ਭੈਣੇ, ਜੋ ਪਰਮਾਤਮਾ ਦੇ ਪਾਣੇ ਵਿੱਚ ਨਹੀਂ ਚੱਲਦੀਆਂ, ਉਹਨਾਂ ਵਾਸਤੇ ਗੁਰੂ ਜੀ ਦੇ ਬੋਲ ਮੈਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੀ ਹਾਂ। ਬੋਲ ਬੜੇ ਕੜਵੇ ਹਨ, ਪਰ ਦਿਲ ਤੇ ਪੱਥਰ ਰੱਖ ਕੇ ਸੁਣਨੇ ਪੈਣੇ ਹਨ। ਗੁਰੂ ਜੀ ਆਖਦੇ ਹਨ, ਸਾ ਕੁਸ਼ਦ ਸਾ ਕੁਲਖਣੀ, ਨਾਨਕ ਨਾਰੀ ਵਿੱਚ ਕੁਨਾਰ। ਮੇਰੀ ਭੈਣੇ, ਉਹ ਮਾਵਾਂ ਵੀ ਹੁੰਦੀਆਂ ਸਨ ਜੋ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਬੈਠ ਕੇ ਗੁਰੂ ਜੀ ਦੀਆਂ ਸਾਖੀਆਂ ਜਾਂ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਇਆ ਕਰਦੀਆਂ ਸਨ, ਪਰ ਤੂੰ ਤਾਂ ਕਦੇ ਆਪਣੇ ਬੱਚਿਆਂ ਨਾਲ ਬੈਠ ਕੇ ਜਾਂ ਕੋਲ ਬਿਠਾਲ ਕੇ ਗੁਰਬਾਣੀ ਪੜ੍ਹਨ ਜਾਂ ਪੜ੍ਹਾਉਣ ਦਾ ਯਤਨ ਨਹੀਂ ਕੀਤਾ। ਤੂੰ ਤਾਂ ਆਪਣੇ ਹੀ ਟੀਵੀ ਸੀਰੀਅਲਾਂ ਵਿੱਚ ਮਸਤ ਹੋ ਕੇ ਰਹਿ ਗਈ ਹੈ। ਤੂੰ ਬਿਊਟੀ ਪਾਰਲਰ ਵਾਸਤੇ ਟਾਈਮ ਕੱਢ ਲੈਣੀ ਹੈ, ਪਰ ਤੂੰ ਆਪਣੀ ਸੰਤਾਨ ਨੂੰ ਜਾਂ ਆਪਣੇ ਜੀਵਨ ਨੂੰ ਸਵਾਰਨਾ ਕਦੇ ਨਹੀਂ ਚਾਹਿਆ। ਕਿਸੇ ਕਵੀ ਨੇ ਅੱਜ ਦੀ ਬੀਬੀ ਦੀ ਗੱਲ ਕਰਦਿਆਂ ਹੋਇਆਂ ਆਖਿਆ, ਮਾਏ ਵੇਖ ਮਾਰ ਕੇ ਚਾਤਨੀ, ਕਿੱਥੇ ਗਈ ਸਿੱਖੀ ਦੀ ਦਾਤਨੀ, ਉਹ ਅੱਠ ਗੁਰੂ ਘਰ ਜਾਂਦੀਆਂ, ਤੈਨੂੰ ਕਿੱਡੀਆਂ ਲੱਗਣ ਪਿਆਰੀਆਂ, ਉਹ ਨਾਮ ਰੰਗ ਵਿੱਚ ਰੰਗੀਆਂ, ਤੈਨੂੰ ਟੀਵੀ ਨਸ਼ੇ ਖੁਮਾਰੀਆਂ, ਉਹ ਨਾਮ ਰੰਗ ਵਿੱਚ ਰੰਗੀਆਂ, ਤੈਨੂੰ ਟੀਵੀ ਨਸ਼ੇ ਖੁਮਾਰੀਆਂ। ਜੇ ਕਿਤੇ ਮੇਰੀ ਭੈਣੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਤਾਂ ਉਹ ਦਿਨ ਦੂਰ ਨਹੀਂ ਜਦ ਤੇਰੀ ਸੰਤਾਨ ਇਸ ਸਿੱਖੀ ਦੇ ਬੂਟੇ ਨੂੰ ਵੱਢ ਕੇ ਸੁੱਟ ਦੇਵੇਗੀ। ਸੰਭਾਲ ਲੈ ਆਪਣੀ ਸੰਤਾਨ ਨੂੰ ਤੇ ਇਸ ਸਿੱਖੀ ਦੇ ਬੂਟੇ ਨੂੰ। ਆਓ ਮੇਰੀਓ ਭੈਣੋ, ਆਪਾਂ ਸਾਰੀਆਂ ਰਲ ਕੇ ਇਸ ਸਿੱਖੀ ਦੇ ਬੂਟੇ ਨੂੰ ਬਚਾ ਲਈਏ, ਛੱਡ ਦੇਈਏ ਬਿਊਟੀ ਪਾਰਲਰਾਂ ਤੇ ਜਾਣਾ। ਸੋ ਮੈਂ ਇੰਨੀਆਂ ਕੋ ਬੇਨਤੀਆਂ ਕਰਦੀ ਹੋਈ ਖਿਮਾ ਦੀ ਜਾਚਕ ਹਾਂ। ਅੰਤ ਵਿੱਚ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।